ਲੋਕ ਸਭਾ 2019 ਦੀ ਚੋਣਾਂ ਦੀ ਮੈਗਾ ਕਵਰੇਜ ਅਕਾਲ ਚੈਨਲ ਤੁਹਾਨੂੰ ਦਿਖਾ ਰਿਹਾ ਹੈਗਾ ਤੇ ਦਿੱਲੀ ਸਟੂਡੀਓ ਤੋਂ ਨਿਊਜ਼ ਡੈਸਕ ਤੋਂ ਫੇਰ ਆਪ ਜੀ ਦੇ ਅੱਗੇ ਰਿਪੋਰਟ ਲੈ ਕੇ ਆਏ ਆ ਹੋਰ ਇਸ ਟਾਈਮ ਅਸੀਂ ਗੱਲ ਕਰਾਂਗੇ ਵਾਰਾਣਸੀ ਦੀ ਸੀਟ ਦੀ ਜੀ ਹਾਂ ਵਾਰਾਣਸੀ ਦੀ ਸੀਟ ਦੇ ਦਾਅਵੇਦਾਰ ਨਹੀਂ ਯਾਨੀ ਨਰਿੰਦਰ ਮੋਦੀ ਨੇ ਹੀ ਪਿਛਲੇ 5 ਸਾਲਾਂ ਤੋਂ ਇਸ ਲਾਲ ਕਿਲੇ ਦੇ ਉੱਪਰ ਭਾਰਤ ਜਿਹੜਾ ਹੈਗਾ ਝੰਡਾ ਜਿਹੜਾ ਹੈਗਾ ਉਹ ਲਹਿਰਾ ਰਹੇ ਨੇ ਤੇ ਹੁਣ ਵਾਰਾਣਸੀ ਦੀ ਸੀਟ ਦੀ ਹੀ ਗੱਲ ਕਰਾਂਗੇ ਕਿ ਵਾਰਾਣਸੀ ਦੀ ਸੀਟ ਤੋਂ ਕੌਣ ਜਿਹੜਾ ਹੈਗਾ ਇਸ ਪਾਰਲੀਮੈਂਟ ਦਾ ਜਿਹੜਾ ਸਫ਼ਰ ਹੈਗਾ ਉਹ ਤੈਅ ਕਰੇਗਾ ਹੋਰ ਕੌਣ ਹੋ ਸਕਦਾ ਹੈ ਕਿ ਵਾਰਾਣਸੀ ਦੀ ਸੀਟ ਤੋਂ ਵਿੱਚੋਂ ਹੀ ਦਾਅਵੇਦਾਰ ਨਿਕਲੇ ਜੋ ਕਿ ਇਸ ਲਾਲ ਕਿਲੇ ਦੇ ਉੱਪਰ ਭਾਰਤ ਦਾ ਜਿਹੜਾ ਹੈਗਾ ਝੰਡਾ ਜਿਹੜਾ ਲਹਿਰਾ ਸਕੇ ਗੱਲ ਕਰਦੇ ਹਾਂ ਨਰਿੰਦਰ ਮੋਦੀ ਉੱਧਰੋਂ ਕੈਂਡੀਡੇਟ ਹੈਗੇ ਨੇ ਬੀਜੇਪੀ ਦੇ ਜਿਹੜੇ ਕੈਂਡੀਡੇਟ ਹੈਗੇ ਨੇ ਔਰ 3,63,420 ਵੋਟਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੈ ਚੁੱਕੀਆਂ ਨੇ ਇੱਕ ਨੰਬਰ 'ਤੇ ਚੱਲ ਰਹੇ ਨੇ ਹੋਰ ਦੂਸਰੇ ਨੰਬਰ 'ਤੇ ਸ਼ਾਲਿਨੀ ਯਾਦਵ ਜੋ ਕਿ ਮਹਾਂਗਠਬੰਧਨ ਦੀ ਜਿਹੜੀ ਹੈਗੀ ਹੈ ਕੈਂਡੀਡੇਟ ਹੈਗੀ ਹੈ ਸ਼ਾਲਿਨੀ ਯਾਦਵ ਸਮਾਜਵਾਦੀ ਪਾਰਟੀ ਤੋਂ ਉਹ 1,09,970 ਵੋਟਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪਈਆਂ ਨੇ ਔਰ ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ 3.5 ਲੱਖ ਵੋਟਾਂ ਦਾ ਡਿਫਰੈਂਸ ਹੈਗਾ ਆਸ ਪਾਸ ਵੀ ਨਹੀਂ ਹੈਗਾ ਬਹੁਤ ਦੂਰ ਹੈਗਾ ਸੋ ਲੱਗਦਾ ਹੈ ਕਿ ਨਰਿੰਦਰ ਮੋਦੀ ਆਪਣੀ ਵਾਰਾਣਸੀ ਦੀ ਸੀਟ ਤੋਂ ਆਪਣੀ ਜੀਤ ਜਿਹੜੀ ਹੈਗੀ ਹੈ ਉਹ ਪੱਕੀ ਕਰਨਗੇ ਔਰ ਇਸੇ ਤਰੀਕੇ ਅਪਡੇਟਸ ਦੇ ਨਾਲ ਤੁਹਾਨੂੰ ਜੋੜਦੇ ਰਹਾਂਗੇ ਹਾਜ਼ਰਾਂ ਨਿਊਜ਼ ਡੈਸਕ ਤੋਂ ਦਿੱਲੀ ਸਟੂਡੀਓ ਅਕਾਲ ਚੈਨਲ ਤੋਂ ਦੇਖਦੇ ਰਹੋ ਅਕਾਲ ਚੈਨਲ।